ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ, ਵੀਡੀਓ ਨੂੰ ਪੂਰਾ ਦੇਖਿਓ ਜੇ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਇਸ ਨੋਟੀਫਿਕੇਸ਼ਨ ਵਿੱਚ ਕੀ ਐਲੀਜੀਬਿਲਿਟੀ ਦੱਸੀ ਗਈ ਹੈ ਅਤੇ ਕੀ ਇਸ ਦੀ ਡਿਟੇਲ ਹੈ ਅਤੇ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ। ਓਕੇ ਦੋਸਤੋ, ਅੱਗੇ ਚੱਲਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੇ ਨਹੀਂ ਕੀਤਾ ਤਾਂ, ਅਤੇ ਹੁਣ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਆਪਣਾ ਆਪਾਂ ਮੇਨ ਮੋਟਿਵ 'ਤੇ ਹੁੰਦੇ ਹਾਂ। ਅਤੇ ਮੇਰੀ ਮੇਨ ਤੁਹਾਨੂੰ ਮੈਂ ਡਿਟੇਲ ਇਸੀ ਦੱਸ ਦੇਣਾ ਦੋਸਤੋ, ਕਾਫੀ ਨੰਬਰ ਆਫ ਜੋਬ ਵੈਕੈਂਸੀ ਆ ਜੋ ਫਰੀਦਕੋਟ ਯੂਨੀਵਰਸਿਟੀ ਵੱਲੋਂ ਅਨਾਊਂਸ ਕੀਤੀ ਗਈ ਸਰ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਅਤੇ ਜਿਵੇਂ ਪਹਿਲੀ ਹੈ ਜੋ ਇਹ ਜੋ ਇਸ ਕੋਲਮ ਵਿੱਚ ਲਿਖਿਆ ਸਾਰੀ ਜੋਬ ਵੈਕੈਂਸੀ ਦੇ ਨਾਮ ਹਨ ਅਤੇ ਕਿੰਨੀਆਂ ਜੋਬ ਵੈਕੈਂਸੀਆਂ ਨੇ, ਇਹ ਸਾਰੀ ਉਸਦੀ ਗਿਣਤੀ ਹੈ। ਅਤੇ SC ਜਾਂ OBC ਵਾਸਤੇ ਕਿੰਨੀਆਂ ਇਹ ਮਤਲਬ ਕਿ ਰਾਖਵੀਂ ਸੀਟਾਂ ਹਨ ਅਤੇ ਇਹ ਇਸਦੀ ਕੁਆਲੀਫਿਕੇਸ਼ਨ ਹੈ। ਦੋਸਤੋ ਪਹਿਲਾਂ ਆਪਾਂ ਚੈੱਕ ਕਰ ਲੈਂਦੇ ਕਿੰਨੇ ਨੰਬਰ ਆਫ ਜੋਬ ਵੈਕੈਂਸੀਆਂ। ਦੋਸਤੋ ਕਮ ਤੋਂ ਕਮ 15-16 ਤੋਂ ਜ਼ਿਆਦਾ ਹੀ, ਆਈ ਥਿੰਕ 24 ਨੰਬਰ ਆਫ ਜੋਬ ਵੈਕੈਂਸੀਆਂ ਹਨ। ਦੋਸਤੋ ਆਪਾਂ ਇੱਥੇ ਚੈੱਕ ਕਰ ਸਕਦੇ ਹਾਂ ਅਤੇ ਸਾਰਿਆਂ ਵਿੱਚ ਅਲੱਗ ਅਲੱਗ ਕੁਆਲੀਫਿਕੇਸ਼ਨ ਮੰਗੀ ਗਈ ਹੈ ਅਤੇ ਅਲੱਗ ਅਲੱਗ ਨੰਬਰ ਆਫ ਜੋਬ ਵੈਕੈਂਸੀ ਹਨ। ਕਿਸੇ ਵਿੱਚ 10th ਹੈ, ਕਿਸੇ ਵਿੱਚ 12th ਹੈ, ਕਿਸੇ ਵਿੱਚ ਗ੍ਰੈਜੂਏਸ਼ਨ ਹੈ ਕਿ ਕਿਸੇ ਵਿੱਚ BSc ਹੈ। ਅਤੇ ਦੋਸਤੋ ਇੱਕ ਵਾਰੀ ਸਮਾਰ ਕੇ ਤੁਸੀਂ ਰੀਡ ਕਰ ਲਿਓ, ਤੁਹਾਨੂੰ ਮੈਂ ਸਿਰਫ ਨੋਟੀਫਿਕੇਸ਼ਨ ਦੀ PDF ਫਾਈਲ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗੇ, ਤੁਸੀਂ ਡਾਊਨਲੋਡ ਕਰਕੇ ਨੋਟੀਫਿਕੇਸ਼ਨ ਇੱਕ ਵਾਰੀ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਇਸ ਨੂੰ ਅਪਲਾਈ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਅਪਲਾਈ ਕਰਕੇ ਦਿਖਾਵਾਂ ਪੋਸਟ, ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਅਗਲੀ ਵੀਡੀਓ ਇਸ ਨੂੰ ਫੋਰਮ ਨੂੰ ਅਪਲਾਈ ਕਰਦੇ ਹੋਏ ਬਣਾ ਦੇਵਾਂਗੇ, ਜਿੱਥੇ ਤੁਸੀਂ ਤੁਹਾਨੂੰ ਆਸਾਨੀ ਹੋਵੇਗੀ ਕਿ ਕਿਵੇਂ ਅਪਲਾਈ ਕਰਨਾ। ਓਕੇ ਦੋਸਤੋ, ਹੋਰ ਜਾਣਕਾਰੀ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ। ਥੈਂਕ ਯੂ।